बच्ची ये वा भी मंजे ते पई आ ते बहुत मुश्किल आ ते दवाई दारू भी दिता है ते हुण साडे को भी नहीं पैसा हैगा ते छोटी जी बेटी आ ते बेटी नूं इह कहिंदे भी मां ठीक होए ते अपनी बेटी नूं सांभे साडे को नहीं सांभी जांदी दोवें मावतियां बहुत मुश्किल आ रिश्तेदारां को भी थोड़े थोड़े लै के वरत ले ते जिहड़े साडे भी अपने इत्थे परिवार ही उहनां को भी लै के वरत ले ਹੋਰ ਸਾਨੂੰ ਕੋਈ ਬਿੰਬਰ ਕੋਈ ਸਰਪੰਚ ਕੋਈ ਪਿੰਡ ਦੇ ਵਿੱਚ ਮਦਦ ਨਹੀਂ ਕੀਤੀ ਸਾਡੀ ਘਰ ਵਾਲੇ ਹੈ ਨਹੀਂ ਜੀ ਘਰ ਵਾਲੇ ਪੂਰੇ ਹੋ ਗਏ ਤਿੰਨ ਚਾਰ ਸਾਲ ਹੋ ਗਏ ਉਹਨਾਂ ਅਤੇ ਚਾਰ ਮਹੀਨੇ ਮੈਨੂੰ ਹੋ ਗਏ ਮੰਜੀ 'ਚ ਪਈ ਅਤੇ ਉਹ ਬੇਟੀ ਇੱਕੋ ਜਿਹੀ ਇੱਕ ਬੇਟੀ ਹੈ ਅਤੇ ਉਹ ਵੀ ਚੁਹਾੜੀ ਇਹਨਾਂ ਦੇ ਸਿਰ 'ਤੇ ਭਰਾ ਸਾਂਭਦੀ ਨੇ ਹੋਰ ਇਹ ਚਾਹੁੰਦੀ ਬਸ ਕੋਈ ਸਾਡੀ ਮਦਦ ਕਰੇ ਇਲਾਜ ਹੋ ਸਕੇ ਬੱਚੀ ਇਹ ਵਾ ਵੀ ਮੰਜੇ 'ਤੇ ਪਈ ਆ ਅਤੇ ਬਹੁਤ ਮੁਸ਼ਕਿਲ ਆ ਅਤੇ ਦਵਾਈ ਦਵਾਰੂ ਵੀ ਦਿੱਤਾ ਸੀ ਅਤੇ ਹੁਣ ਸਾਡੇ ਕੋਲ ਵੀ ਨਹੀਂ ਪੈਸਾ ਹੈਗਾ ਹੁਣ ਇਹ ਕਿਤੇ ਨਹੀਂ ਖੜੀ ਅਤੇ ਨਾ ਕਿਤੇ ਦਵਾਈ ਆਉਂਦੀ ਅਤੇ ਛੋਟੀ ਜਿਹੀ ਬੇਟੀ ਆ ਅਤੇ ਬੇਟੀ ਨੂੰ ਇਹ ਕਹਿੰਦੇ ਵੀ ਮਾਂ ਠੀਕ ਹੋਏ ਤਾਂ ਆਪਣੀ ਬੇਟੀ ਨੂੰ ਸਾਂਭੇ ਸਾਡੇ ਕੋਲ ਨਹੀਂ ਸਾਂਭੀ ਜਾਂਦੀ ਦੋਵੇਂ ਮਾਵਤੀਆਂ ਬਹੁਤ ਮੁਸ਼ਕਿਲ ਆ ਫੜ ਕੇ ਉਹਨੂੰ ਪਰੇ ਕਰੀਦਾ ਫੜ ਕੇ ਮੰਜੀ 'ਤੇ ਪਾਈਦਾ ਫੜ ਕੇ ਠਾਲੀਦਾ ਅਤੇ ਬਹੁਤ ਮੁਸ਼ਕਿਲ ਆ ਸਾਡੀ ਇਹੋ ਹੀ ਆ ਵੀ ਕੋਈ ਉਹ ਬੱਚੀ ਦੀ ਮਦਦ ਕਰੇ ਅਤੇ ਉਹਦਾ ਇਲਾਜ ਹੋ ਸਕੇ ਅਤੇ ਪਰਮਾਤਮਾ ਬਹੁਤ ਕੁਛ ਦੇਵੇ ਸਭ ਦੀ ਆਸ ਅਤੇ ਮੁਰਾਦ ਪੂਰੀ ਕਰੇ ਅਤੇ ਬੜਾ ਕੁਛ ਦੇਵੇਗਾ ਪਰਮਾਤਮਾ ਜੇ ਬੱਚੀ ਦਾ ਇਲਾਜ ਵਾਸਤੇ ਕੋਈ ਮਦਦ ਕਰੂ ਉਹਨੂੰ ਪਰਮਾਤਮਾ ਦੂਣਾ ਦੇਵੇਗਾ ਰਿਸ਼ਤੇਦਾਰਾਂ ਕੋਲ ਵੀ ਥੋੜ੍ਹੇ ਥੋੜ੍ਹੇ ਲੈ ਕੇ ਵਰਤ ਲਏ ਅਤੇ ਜਿਹੜੇ ਸਾਡੇ ਵੀ ਆਪਣੇ ਇੱਥੋਂ ਪਰਿਵਾਰ ਸੀ ਉਹਨਾਂ ਕੋਲ ਵੀ ਲੈ ਕੇ ਵਰਤ ਲਏ ਹੋਰ ਸਾਨੂੰ ਕੋਈ ਬਿੰਬਰ ਕੋਈ ਸਰਪੰਚ ਕੋਈ ਪਿੰਡ ਦੇ ਵਿੱਚ ਮਦਦ ਨਹੀਂ ਕੀਤੀ ਸਾਡੇ ਘਰ ਵਾਲੇ ਨੂੰ ਹੋਏ ਗਏ ਜੇ ਚਾਰ ਕੁ ਸਾਲ ਹੋ ਗਏ ਅਤੇ ਇਹ ਫਿਰ ਮਾਵਾਂ ਤੀਆਂ ਫਿਰ ਉੱਥੇ ਕਿਤਰਾ ਰਹਿਣਾ ਸੀ ਇਹਨਾਂ ਨੇ ਬਿਲਕੁਲ ਬੱਚੀ ਛੋਟੀ ਸੀ ਫਿਰ ਅਸੀਂ ਆਪਣੇ ਕੋਲ ਲੈਂਦੇ ਫਿਰ ਇੱਕ ਇਹਨੂੰ ਆ ਮਕਾਨ ਅਸੀਂ ਦੇ ਦਿੱਤਾ ਵੀ ਚੱਲ ਤੁਸੀਂ ਮਾਵਾਂ ਤੀਆਂ ਇੱਥੇ ਰਹੋ ਪਰ ਉਹਦੇ ਵੀ ਬਾਲੇ ਟੁੱਟੇ ਆ ਜਦੋਂ ਮੀਂਹ ਵਰਦਾ ਬਹੁਤ ਮੁਸੀਬਤ ਜੀ ਹੁੰਦੀ ਹੈ ਚੋਂਦੇ ਆ ਬਾਲੇ ਟੁੱਟੇ ਆ ਪਾਣੀ ਅੰਦਰ ਚੱਲ ਜਾਂਦਾ ਅਤੇ ਬੜੀ ਮੁਸੀਬਤ ਹੈ ਹਾਂਜੀ ਮੇਰੇ ਪੱਥਰੀਆਂ ਆਈਆਂ ਜੀ ਅਤੇ ਹੋਰ ਇਹੋ ਚਾਹੁੰਦੀ ਵੀ ਬਸ ਮੇਰਾ ਕੋਈ ਇਲਾਜ ਕਰਾ ਦੇ ਮੇਰੀ ਛੋਟੀ ਜਿਹੀ ਬੇਟੀ ਉਹਨੂੰ ਸਮਝ ਸਕਾਂ ਹਾਂਜੀ ਹੋਰ ਨਹੀਂ ਘਰ ਵਾਲੇ ਹੈ ਨਹੀਂ ਜੀ ਘਰ ਵਾਲੇ ਪੂਰੇ ਹੋ ਗਏ ਤਿੰਨ ਚਾਰ ਸਾਲ ਹੋ ਗਏ ਉਹਨਾਂ ਨੂੰ ਅਤੇ ਚਾਰ ਮਹੀਨੇ ਮੈਨੂੰ ਹੋ ਗਏ ਮੰਜੀ 'ਚ ਪਈ ਅਤੇ ਉਹ ਬੇਟੀ ਇੱਕੋ ਜਿਹੀ ਇੱਕ ਬੇਟੀ ਹੈ ਅਤੇ ਉਹ ਵੀ ਚੁਹਾੜੀ ਇਹਨਾਂ ਦੇ ਸਿਰ 'ਤੇ ਭਰਾ ਸਾਂਭਦੀ ਮੈਨੂੰ ਭਰਾਵਾਂ ਕੋਲ ਆ ਗਈ ਹਾਂ ਮੈਂ ਇੱਥੇ ਉਹਨਾਂ ਕਮਰਾ ਵੀ ਦਿੱਤਾ ਹੋਵੇ ਕੱਚਾ ਹੈ ਪਰ ਉਹਦੇ 'ਚ ਵੀ ਰਹਿਣ ਦੀ ਬਹੁਤ ਮੁਸ਼ਕਿਲ ਆ ਚੁਣਦਾ ਵਾ ਅਤੇ ਸਾਡੇ ਕੋਠਾ ਬੜਾ ਮਾੜੇ ਹਾਲਾਤ ਹੋਰ ਇਹ ਚਾਹੁੰਦੀ ਬਸ ਕੋਈ ਸਾਡੀ ਮਦਦ ਕਰੇ ਇਲਾਜ ਹੋ ਸਕੇ ਹਾਂਜੀ ਪੈਸੇ ਬਥੇਰੇ ਲਾਏ ਇਹਨਾਂ ਨੇ ਅੱਗੇ ਚੁੱਕ ਚੁੱਕ ਨਹੀਂ ਜੀ ਹੋਰ ਨਹੀਂ ਕੋਈ ਆਇਆ ਗਾੜੀ ਨਾ ਕੋਈ ਨਹੀਂ ਆ ਬਸ ਰਿਸ਼ਤੇਦਾਰਾਂ ਤਾਂ ਦਿੱਤੇ ਅਤੇ ਹੋਰ ਭੈਣ ਭਰਾਵਾਂ ਨੇ ਦਿੱਤੇ ਸਾਰੇ ਪਿੰਡ ਵਾਲਿਆਂ ਨੇ ਕਿਸੇ ਨੇ ਸਾਡੀ ਕਿਸੇ ਨੇ ਨਹੀਂ ਸਾਡੀ ਬਾਂਹ ਫੜੀ ਕਿਸੇ ਨੇ